47 ਦੇ ਜਿਹੜੀ ਵੰਡ ਹੈ ਨਾ 1947 ਦੇ ਵਜੋਂ ਪਾਕਿਸਤਾਨ ਤੇ ਇੰਡੀਆ ਵੱਖਰੇ ਵੱਖਰੇ ਮੁਲਕ ਬਣੇ ਉਸ ਟਾਈਮ ਮੈਂ ਕੁਝ ਥੋੜਾ ਜਿਹਾ ਕੰਮ ਕੀਤਾ ਉਹਦਾ ਖੁਲਾਸਾ ਮੈਂ ਤੁਹਾਨੂੰ ਦੱਸ ਦਿੰਨਾ ਕਿ ਬਹੁਤ ਸਾਰੇ ਵੱਡੇ ਵੱਡਕਿਆਂ ਨਾਲ ਬਾਬਿਆਂ ਨਾਲ ਮੇਰੇ ਗੱਲਾਂ ਹੋਈਆਂ ਬੰਦੇ ਇੰਟਰਵਿਊਜ਼ ਵੀ ਕੀਤੇ ਨੇ ਜਿਹੜੀ ਚੀਜ਼ ਉਹਨਾਂ ਨੇ ਸਭ ਤੋਂ ਪਹਿਲੇ ਸਾਨੂੰ ਦੱਸੀ ਕਿ ਜਿਹੜੇ ਸਾਡੇ ਕੋਲ ਸਾਡੇ ਪਿੰਡ ਦੇ ਵਿੱਚ ਇਦਲਾਣਾ ਤਹਿਸੀਲ ਬੋਆਣਾ ਉਹਦੇ ਵਿੱਚ ਹਿੰਦੂ ਵੀ ਰਹਿੰਦੇ ਹਨ ਤੇ ਉਹ ਆਖਦੇ ਨੇ ਕਿ ਹਿੰਦੂਆਂ ਔਰ ਸਾਡਾ ਜਿਹੜਾ ਵਰਤਾਰਾ ਹੈ ਉਹ ਇਸ ਤਰ੍ਹਾਂ ਹੁੰਦੇ ਆ ਕਿ ਵਿੱਚੋਂ ਵੇਚਣਾ ਜਨਾਨੀਆਂ ਜਿਹੜੀਆਂ ਨੇ ਸਾਗ ਤਚਾੜਨਾ ਤਾਂ ਉਹ ਸਾਰੀ ਬਾਜੀ ਵਟਾ ਲੈਂਦੀਆਂ ਨਾ ਆਰਾਮ ਨਾਲ ਸਾਗ ਉਹ ਅਸੀਂ ਉਦੋਂ ਲੈ ਲੈਂਦੇ ਹਾਸੇ ਉਹ ਸਾਡੇ ਉਲੇ ਲੈਂਦੇ ਆ ਗੋਸਟ ਜਦੋਂ ਅਸੀਂ ਪਕਾਇਆ ਉਦੋਂ ਉਹ ਸਾਲਿਆ ਉਹ ਸਾਲਾ ਨਾ ਲੈਂਦੇ ਬਾਕੀ ਜਿਹੜਾ ਹੈ ਉਹ ਸਾਲਾਂ ਨਾਲ ਇੱਕ ਦੂਸਰੇ ਨਾਲ ਵਟਾ ਲੈਂਦੇ ਆ ਦੋਸਤੀ ਯਾਰੀ ਬਹੁਤ ਗਹਿਰੀ ਆ ਇਹਨਾਂ ਦੀ ਬਲਕਿ ਸੰਤਾੜੀ ਦੇ ਵਿੱਚ ਜਦੋਂ ਉਹ ਆ ਪਿੰਡ ਪੇਂਡ ਚ ਜਾਮਣ ਲੱਗੇ ਨੇ ਉਦੋਂ ਇਹ ਵੀ ਆਖਿਆ ਜਾਂਦਾ ਏ ਕਿ ਉਹਨਾਂ ਨੂੰ ਅਗੇੜਨ ਵਾਸਤੇ ਅਗੇੜੋ ਰੱਖਦੇ ਨੇ ਕਿ ਆਪ ਮਹਿਮਾਨ ਨੂੰ ਥੋੜਾ ਜਿਹਾ ਦੂਰ ਆਪਣੇ ਪਿੰਡ ਤੋਂ ਨਾ ਦੂਰ ਛੋੜ ਕੇ ਆਉਣਾ ਉਦੋਂ ਜਿਸ ਗੜ ਤੇ ਉਹ ਗਏ ਹਨ ਉਹਨੂੰ ਅਗੇੜਨ ਵਾਸਤੇ 4-5 ਮੀਲ ਤੱਕ ਉਹ ਲੋਕ ਜਿਹੜੇ ਹਨ ਉਹ ਅਗਾ ਤੱਕ ਗਏ ਹਨ ਤਾਂ ਕਿ ਇਹਨਾਂ ਨੂੰ ਕੋਈ ਲੋਟ ਨਾ ਲਵੇ ਲੋਟੀਆਂ ਲੋਟ ਨਾ ਲਵੇ ਇਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚਾ ਲਵੇ ਔਰ ਉਹ ਬਾਬੇ ਮੈਨੂੰ ਦੱਸਦੇ ਨੇ ਕਿ ਜਦੋਂ ਉਹ ਗਏ ਹਨ ਉਦੋਂ ਅਸੀਂ ਕੀ ਸਾਡੇ ਬੱਚੇ ਵੀ ਯਾਸੀ ਆਂ ਦਾ ਛੋਟੇ ਹੁੰਦੇ ਐ ਸੇ ਜਾਂ ਕੋਈ ਵਡੇਰਾ ਵੀ ਆਤ ਉਹ ਵੀ ਉਹ ਬਿਲਕੁਲ ਧਾੜਾ ਮਾਰ ਕੇ ਰੋਣੇ ਆਣ ਕਿ ਸਾਡੇ ਯਾਰ ਸਾਥੋਂ ਕਿਉਂ ਜਾ ਰਹਿਣਾ ਹੈ ਔਰਤਾਂ ਬੜਾ ਅਜੀਬ ਜੀ ਵੈਣਾ ਨਾਲ ਜਿਵੇਂ ਕੋ ਫੌਤਗੀ ਨਹੀਂ ਹੋ ਜਾਂਦੀ ਇੰਜੀ ਔਰਤਾਂ ਵੈਣਾ ਨਾਲ ਰੋਣੀਆਂ ਜਦੋਂ ਉਹ ਵਖਰੇ ਹੋ ਜਾਣ ਹੁਣ ਵੀ ਮੈਂ ਜਦੋਂ ਇੰਟਰਵਿਊ ਕੀਤਾ ਮੁਖਤਲਫ ਲੋਕਾਂ ਦੇ ਅਗਰ ਜ਼ਿੰਦਗੀ ਵਫਾ ਕੀਤੀ ਤਾਂ ਇਨਸ਼ਾਅੱਲਾ ਸਭ ਸਮੀ ਸਹੀ ਮੈਂ ਉਹ ਆਖਦੇ ਨੇ ਕਿ ਹੁਣ ਵੀ ਜਦੋਂ ਉਹਨਾਂ ਲੋਕਾਂ ਦੀ ਯਾਦ ਆਉਂਦੀ ਹੈ ਨਾ ਤੇ ਮੂੰਹ ਚੋਂ ਗਿਰਾਂ ਡਹਿ ਜਾਂਦਾ ਇਹ ਇਸੇ ਮਲਬਜ਼ ਉਹਨਾਂ ਬਾਬਿਆਂ ਆਖੇ ਨੇ ਸੋ ਜਿਹੜੀ 47 ਦੀ ਵੰਡ ਹੈ ਉਸਨੇ ਬਹੁਤ ਸਾਰੇ ਸੱਜਣ ਵੀ ਨਿਖੇੜੇ ਬਹੁਤ ਸਾਰੇ ਬੇਲੀ ਆਪਸ ਵਿੱਚ ਵਿਛੜੇ ਬਹੁਤ ਸਾਰੀਆਂ ਸਹਲੀਆਂ ਆਪਸ ਵਿੱਚ ਵਿਛੜੀਆਂ ਔਰ ਜਿਹੜਾ ਉਹਨਾਂ ਦਾ ਵਰਤਾਰਾ ਇੱਕ ਦੂਸਰੇ ਦਾ ਹੀ ਉਹ ਬੜਾ ਖੂਬਸੂਰਤ ਹੈ ਮੈਂ ਇੱਕ ਬਾਬੇ ਤੋਂ ਸਵਾਲ ਕੀਤਾ ਕਿ ਕਦੀ ਮਜ਼ਹਬ ਦੇ ਨਾਂ ਤੇ ਇਸ ਪਿੰਡ ਦੇ ਵਿੱਚ ਕਦੀ ਕੋਈ ਲੜਾਈ ਬਿੜਾਈ ਵੀ ਹੋਈ ਹੈ ਤੋ ਉਸ ਮੈਨੂੰ ਆਖਿਆ ਕਿ ਬਿਲਕੁਲ ਅੱਜ ਤੱਕ ਮਸਬ ਦੇ ਨਾਂ ਤੇ ਲੜਾਈ ਨਹੀਂ ਹੋਈ ਬਲਕਿ ਉਹ ਆਦਾ ਹੈ ਕਿ ਇਤਨਾ ਲਿਹਾਜ਼ ਕੀਤਾ ਜਾਂਦਾ ਏ Eid ਵਾਲੇ ਦਿਨ ਜਦੋਂ ਵੱਡੀ Eid ਕੁਰਬਾਨੀ ਜਿਸ ਨੂੰ ਅਸੀਂ ਆਖਦੇ ਆਂ ਕਿ ਅਸੀਂ ਕੁਰਬਾਨੀ ਕਰਨੀ ਆਂਦੀ ਹੈ ਡੰਗਰ ਜ਼ਬਾਹ ਕਰਨੇ ਹੁੰਦੇ ਆਂ ਉਹ ਦੱਸਦੇ ਨੇ ਬਾਬੇ ਕਿ ਅਸੀਂ ਉਹਨਾਂ ਦੀ ਬੈਣੀ ਵਾਲੇ ਪਾਸੇ ਕਦੀ ਜ਼ਬਾਨਾਈ ਤੌਰ ਇਤਨੀ ਦੂਰ ਜ਼ਬਾਹ ਕਰਦੇ ਆਂ ਸੇ ਕਿ ਉਹ ਸਾਨੂੰ ਵੇਖ ਨਾ ਲਵਣ ਤੇ ਫਿਰ ਜਦੋਂ ਅਗਰ ਗਵਾੜ ਘਰ ਵੀ ਹੈ ਵੀ ਸਹੀ ਤੇ ਗੋਸਟ ਜਦੋਂ ਘਰ ਲੈ ਆਉਣਾ ਤੇ ਬਿਲਕੁਲ ਕੱਜ ਕੇ ਢਾਂਪ ਕੇ ਲਾਉਣਾ ਹੈ ਕਿ ਉਹਨਾਂ ਨੂੰ ਨਜ਼ਰ ਨਾ ਆਵੇ ਇਤਨੇ ਇੱਕ ਦੂਸਰੇ ਦਾ ਅਕੀਦੇ ਦਾ ਖਿਆਲ ਰੱਖਿਆ ਜਾਂਦਾ ਹੈ ਤੇ ਮੈਂ ਸੋਚਦਾ ਇੱਕ ਅਜੀਬ ਜਿਹੀ ਕਿ ਬਾਕੀ ਲੋਕ ਸ਼ਰਸਤੀ ਦਿਗਵਾਈ ਦੇਵਨ ਕਿ ਕਰੋ ਅੱਜ ਸਾਡੇ ਕੋਲ ਹੁੰਦੇ ਨਾ ਤੇ ਅਸੀਂ ਜਿਹੜੇ ਜਿਵੇਂ ਉਹ ਕਿ ਲਿਆਜ਼ ਕਰਦੇ ਆ ਨਾ ਕਿ ਜਨਾਬ ਅਸੀਂ ਤਾਂ ਗੋਸ਼ ਧਾਮ ਕੇ ਲੰਮ ਦੇ ਅਗਰ ਅੱਜ ਸਾਡੇ ਕੋਲ ਹੁੰਦੇ ਤਾਂ ਅਸੀਂ ਜਿਹੜੀ ਫੰਡੇ ਰਹਿ ਗਾਂ ਹੈ ਉਹਨਾਂ ਦੇ ਬੂਹਦ ਉੱਤੇ ਢਾਣੀ ਆ ਜਨਾਬ ਕਿ ਉਹਨਾਂ ਨੂੰ ਸਾੜੀਏ ਜਿਹੜਾ ਸਾਡਾ ਜਬ ਸੇਬ ਦਾ ਅਜ ਸੁਰਤ ਹਾਲ ਹੈ ਸੋ ਹੋਰ ਵੀ ਗੱਲਬਾਤ ਕਰਾਂਗੇ ਇਸ ਦੇ ਉੱਤੇ ਵੰਡ ਦੇ ਉੱਤੇ ਕੱਲ 14 ਅਗਸਤ ਹੈ ਆਜ਼ਾਦੀ ਹੈ ਪਾਕਿਸਤਾਨ ਦੀ ਤੁਸੀਂ ਇਸ ਨੂੰ ਕਿਸ ਪੁਆਇੰਟ ਆਫ View ਨਾਲ ਦੇਖਦੇ ਹੋ ਉਹ ਵੀ ਕਮੈਂਟਸ ਵਿੱਚ ਦੱਸੋ ਤੇ ਉਸ ਤੇ ਤੁਹਾਡੇ ਕਮੈਂਟਸ ਨੂੰ ਮੱਦੇਨਜ਼ਰ ਰੱਖ ਕੇ ਇਸ ਦੇ ਉੱਤੇ ਹੋਰ ਬਹੁਤ ਸਾਰੀ ਗੱਲਬਾਤ ਵੰਡ ਦੇ ਉੱਤੇ ਕੀਤੀ ਜਾ ਸਕਦੀ ਹੈ ਵੈਸੇ ਜਿੱਤਨੇ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਹਿਜਰਤ ਜਿਹੜੀ ਹੈ ਉਹ 47 ਦੇ ਵਿੱਚ ਹੋਈ ਹੈ ਔਰ ਇਹ ਸਾਰਾ ਜਿਹੜਾ ਵੰਡਿਆ ਗਿਆ ਬੇਸਿਕਲੀ ਪੰਜਾਬ ਵੰਡਿਆ ਗਿਆ ਔਰ ਕੋਈ ਦੂਸਰਾ ਸੂਬਾ ਨਹੀਂ ਵੰਡਿਆ ਗਿਆ ਇਹ ਸਾਰੀ ਵੰਡ ਪੰਜਾਬ ਦੀ ਹੋਈ ਏ ਔਰ ਪੰਜਾਬ ਹੀ ਵੱਖੋ ਵੱਖ ਹੋ ਰਿਹਾ ਹੈ ਉਹ ਉਸ ਦੀ ਇੱਕ ਬੜੀ ਵੱਡੀ ਯਾਦ ਹੈ ਜਦੋਂ ਨਿਰੇ ਚੋਪੜਾ ਜਿਹੜਾ ਹੈ ਉਹ ਸੁਨੋ ਨੇਜ਼ੇ ਦਾ ਖਿਡਾਰੀ ਉਹਦੀ ਮਾਂ ਨੇ ਜਦੋਂ ਬਿਆਨ ਦਿੱਤਾ ਨਾ ਕਿ ਦੋਨੋਂ ਇੱਕ ਕਿਨੇ ਮੇਰਾ ਉਹ ਵੀ ਪੁੱਤਰ ਹੈ ਔਰ ਜਦੋਂ ਅਰਸ਼ ਨਦੀਮ ਦੀ والدہ ਨੇ ਬਿਆਨ ਦਿੱਤਾ ਕਿ ਉਹ ਵੀ ਮੇਰਾ ਪੁੱਤਰ ਹੈ ਅਰਸ਼ ਵੀ ਮੇਰਾ ਪੁੱਤਰ ਹੈ ਤਾਂ ਚਸ ਆ ਗਈ ਕਿ ਪੰਜਾਬ ਦੀਆਂ ਦੋ ਮਾਵਾਂ ਇਸ ਚੀਜ਼ ਨੂੰ ਕਿਵੇਂ ਵੇਖ ਰਹੀਆਂ ਨੇ ਸੋ ਇਹ ਵੰਡ ਤੁਸੀਂ ਇਸ ਨੂੰ ਕਿਹਸ ਪੁਆਇੰਟ ਆਫ View ਨੂੰ ਵੇਖਦੇ ਹੋ ਆਪਣੇ ਕਮੈਂਟਸ ਵਿੱਚ ਦੱਸੋ ਫਿਰ ਅੱਗੇ ਇਸ ਤੋਂ ਗੱਲਬਾਤ ਟੁਰਦੇ ਆਂ